बिस्मिल्लाहिर्रहमानिर्रहीम अस्सलामुअलैकुम अल्लाह ताला दे फजल करम शुक्र और ओदिया रहमतां दे नाल आज दा व्लॉग करने शुरू ते उम्मीद करने तुसी सारे खैर खरीयत नाल होवोगे इंशाल्लाह ताला ते जिन्हां दोस्तां ने हालां तक साडा यूट्यूब चैनल सबसक्राइब नहीं कीता वो साडा चैनल सबसक्राइब कर लिया ते वीडियो नूं लाइक कर दिओ शुक्रिया सारे भरावां नूं मेरी तरफों रमज़ान करीम मुबारक सहरी करके उस तों बाद नमाज़ पढ़ के घर दी तरफ जा रहे हां अल्लाह ताला ਤੁਹਾਨੂੰ ਵੀ ਸਾਰਿਆਂ ਤੇ ਆਪਣੀਆਂ ਰਹਿਮਤਾਂ ਫਰਮਾਏ ਔਰ ਸਾਰਿਆਂ ਨੂੰ ਹਿੰਮਤ ਔਰ ਤੰਦਰੁਸਤੀ ਨਸੀਬ ਫਰਮਾਏ ਔਰ ਅੱਲਾਹ ਤਾਲਾ ਸਭ ਨੂੰ ਤੋਫੀਕ ਫਰਮਾਏ ਰੋਜ਼ੇ ਰੱਖਣ ਦੀ 4:40 'ਤੇ ਫਜਰ ਦੀ ਜਮਾਤ ਸ਼ੁਰੂ ਹੋਈ ਸੀ ਔਰ ਤਕਰੀਬਨ ਇਸ ਟਾਈਮ 5:10 ਜਿਹੜਾ ਨਾ ਉਹ ਹੁੰਦੇ ਹੋਣਗੇ ਮੇਰੇ ਪਿਛਲੀ ਸਾਈਡ ਤੋਂ ਸੂਰਜ ਤਲੂਣ ਹੈ ਹਾਂਜੀ ਦੋਸਤੋ ਬੱਚਿਆਂ ਦੀਆਂ ਨਾ ਕੁਛ ਕਿਤਾਬਾਂ ਸਨ ਮੈਂ ਨਿਕਲਿਆ ਉਹਦੇ ਵਾਸਤੇ ਉਹਨਾਂ ਨੂੰ ਨਾ ਜਿਲਤਾ ਵਗੈਰਾ ਜਿਹੜਾ ਨਾ ਉਹ ਨਹੀਂ ਲੈਣ ਧਰਵਾਉਣੀਆਂ ਸਨ ਨਵੀਆਂ ਲਈਆਂ ਇਹਨਾਂ ਸਕੂਲ ਤੋਂ ਉਹਨਾਂ ਨੂੰ ਜਿਲਤਾ ਵਗੈਰਾ ਕਿਉਂਕਿ ਜਿਲਤਾਂ ਤੋਂ ਬਗੈਰ ਜਿਹੜਾ ਨਾ ਉਹ ਫਟ ਜਾਂਦੀਆਂ ਨੇ ਅਤੇ ਮੈਂ ਕਿਹਾ ਉਹਨਾਂ ਨੂੰ ਜਿਲਤਾ ਵਗੈਰਾ ਜਿਹੜਾ ਨਾ ਉਹ ਕਰਵਾ ਲਿਆ ਵਾ ਹੈਲੋ ਜੀ ਮੋਲ ਸਰ ਕੀ ਲਿਖਾਇਆ ਸੀ ਗਫਾਰ ਜਿਸ ਤਰ੍ਹਾਂ ਸਹੀ ਲੱਗਦਾ ਉਂਝ ਕਰ ਦਿਓ ਇੱਕ ਤਾਂ ਗ੍ਰਾਮਰ ਤੇ ਰਹਿੰਦੀ ਆ ਲੀ ਤੇ ਇੱਕ ਗ੍ਰਾਮਰ ਉਹਨਾਂ ਦਿੱਤੀ ਇੱਕ ਗ੍ਰਾਮਰ ਨਹੀਂ ਰਹਿੰਦੀ ਆਹੋ ਇੱਕ ਰਹਿੰਦੀ ਹੈ ਲਾ ਉਹ ਲਾ ਆਈਆਂ ਨਹੀਂ ਹਣ ਕੇ ਅੰਡੇ ਹਣ ਕੇ ਇੱਕ ਦੋ ਦਿਨ ਦਾ ਅਗਰ ਮਿਲਣ ਦੀ ਕਿਤਾਬਾਂ ਕਦੇ ਆਇਆ ਵਾ ਬਾਕੀ ਹੁਣ ਜਿਹੜਾ ਕੋਈ ਥੋੜ੍ਹਾ ਥੋੜ੍ਹਾ ਕੰਮ ਹੈ ਅਸੀਂ ਬੱਚਿਆਂ ਦੇ ਜਿਹੜਾ ਨਾ ਉਹ ਕਰਵਾ ਰਹੇ ਹਾਂ ਜਿਲਤਾਂ ਕਿਤਾਬਾਂ ਨੂੰ ਸਾਡੇ ਬਹੁਤ ਹੀ ਪਿਆਰੇ ਦੋਸਤ ਮੌਲੀ ਸਾਹਿਬ ਇਹਨਾਂ ਦੀ ਫਲੋਰੇ ਚੌਕ 'ਚ ਦੁਕਾਨ ਹੈ ਸਪੋਰਟਸ ਦੇ ਨਾਲ ਜੁੱਤੀਆਂ ਵਗੈਰਾ ਬੱਚਿਆਂ ਦੇ ਸ਼ੂਜ਼ ਸਮਾਨ ਟੋਟਲ ਇਹਨਾਂ ਨੇ ਜਿਹੜਾ ਨਾ ਉਹ ਰੱਖਿਆ ਹੋਵੇ ਉਹਨਾਂ ਕੋਲੋਂ ਬੱਚਿਆਂ ਦੀਆਂ ਸੁਬਾਹ ਕਿਤਾਬਾਂ ਦੇ ਕੇ ਗਏ ਸਨ ਅਤੇ ਉਹ ਹੁਣ ਆਏ ਆ ਲੈਣ ਵਾਸਤੇ ਅਤੇ ਉਹ ਥੋੜ੍ਹਾ ਜਿਹਾ ਰਹਿੰਦਾ ਕੰਮ ਉਹ ਕਰਨ ਡੇ ਨੇ ਚੰਗੀ ਗਰਮੀ ਅੱਜ ਭਾਰਤ ਗਰਮੀ ਬੜੀ ਘਰ ਵਧਾ ਨਹੀਂ ਖਲੋਤਾ ਗਿਆ ਠੀਕ ਹੈ ਮਾਸ਼ਾਅੱਲਾ ਬਹੁਤ ਹੀ ਕਮਾਲ ਜਿਹੜਾ ਨਾ ਉਹ ਅੱਜ ਰੋਜ਼ਾ ਗੁਜ਼ਰਿਆ ਬਸ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਆਵੇ
ਜਿਹੜਾ ਨਾ ਪਿਛਲੇ ਟਾਈਮ ਜਾ ਕੇ ਨਾ ਤੇ ਥੋੜਾ ਜਿਹਾ ਸਿਰਫ ਪਿਆਸ ਮਹਿਸੂਸ ਹੁੰਦੀ ਹੈ, ਬਾਕੀ ਸ਼ੁਕਰ ਹੈ ਅਲਹਮਦੁਲਿਲਾ। ਲੇਕਿਨ ਜਿੰਨਾ ਮਜ਼ਾ ਆਉਂਦਾ ਹੈ ਨਾ ਰੋਜ਼ੇ ਦੇ ਵਿੱਚ, ਯਕੀਨ ਕਰੋ ਕਮਾਲ ਹੈ। ਅਤੇ ਉਸ ਤੋਂ ਇਲਾਵਾ ਜਦੋਂ ਅਫਤਾਰੀ ਦਾ ਟਾਈਮ ਹੁੰਦਾ ਨਾ ਤਾਂ ਜਿਹੜੀ ਖੁਸ਼ੀ ਹੁੰਦੀ ਹੈ ਕਿ ਹੱਦ ਤੋਂ ਜ਼ਿਆਦਾ ਅਫਤਾਰੀ ਕਰਕੇ ਨਾ, ਉਸ ਤੋਂ ਬਾਅਦ ਥੋੜ੍ਹਾ ਸਾਰਾ ਜਿਹੜਾ ਨਾ ਉਹ ਜਿਸਮ ਦੇ ਵਿੱਚ ਆਉਂਦੇ, ਜਿਵੇਂ ਬਿਲਕੁਲ ਹੀ ਜਿਹੜਾ ਨਾ ਉਹ ਅੰਗਸ ਵਗੈਰਾ ਖਤਮ ਹੋ ਜਾਂਦੀ ਹੈ, ਕਿਉਂਕਿ ਉਹ ਪਾਣੀ ਦੀ ਕਮੀ ਵਗੈਰਾ ਹੈ। ਉਹ ਅਚਾਨਕ ਜਦੋਂ ਪੇਟ ਦੇ ਵਿੱਚ ਚੀਜ਼ ਜਾਂਦੀ ਹੈ ਤਾਂ ਉਹ ਫਿਰ ਥੋੜ੍ਹੀ ਜਿਹੀ ਜਿਹੜਾ ਨਾ ਅਸਰਾ ਹੁੰਦਾ ਕਿ ਜਿਸ ਤਰ੍ਹਾਂ ਉਂਝੀ ਜਿਹੜਾ ਨਾ ਉਹ ਹੱਥ ਪੈਰ ਲੱਤਾਂ ਬਾਹਾਂ ਦਾ ਹਾਲ ਹੀ ਕੋਈ ਨਹੀਂ। ਔਰ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਨਾ ਉਹ ਇਸ ਮਾਹ ਰਮਜ਼ਾਨ ਦੇ ਰੋਜ਼ੇ ਰੱਖਣ ਦੀ ਤੌਫੀਕ ਅਤਾ ਫਰਮਾਏ, ਹਿੰਮਤ ਅਤਾ ਫਰਮਾਏ ਔਰ ਤੰਦਰੁਸਤੀ ਅਤੇ ਸਿਹਤ ਅਤਾ ਫਰਮਾਏ, ਆਮੀਨ। ਅਤੇ ਯਾਰ ਮਾਸ਼ਾਅੱਲਾ ਅੱਲਾਹ ਤਾਲਾ ਨੇ ਸਾਡੇ ਵਾਸਤੇ ਬਹੁਤ ਹੀ ਪਿਆਰਾ ਜਿਹੜਾ ਨਾ ਇੱਕ ਨੇਕੀਆਂ ਦਾ ਜਿਹੜਾ ਨਾ ਉਹ ਦਰਵਾਜ਼ਾ ਇਸ ਮਹੀਨੇ ਦੇ ਵਿੱਚ ਖੋਲ੍ਹਿਆ ਜਾਂਦਾ ਇਨਸਾਨ ਲਈ, ਔਰ ਬਦੀਆਂ ਦਾ ਜਿਹੜੇ ਨੇ ਗੁਨਾਹਾਂ ਦੇ ਉਹ ਯਾਨੀ ਕਿ ਸ਼ੈਤਾਨ ਨੂੰ ਬੰਦ ਕਰ ਦਿੱਤਾ ਜਾਂਦਾ। ਹਾਲਾਂਕਿ ਸ਼ੁਰੂ ਤੋਂ ਸਟਾਰਟ ਤੋਂ ਰਮਜ਼ਾਨ ਤੋਂ ਜਿਹੜਾ ਨਾ ਉਹ ਤਕਰੀਬਨ 70-80% ਲੋਕ ਜਿਹੜੇ ਨੇ ਨਾ ਉਹ ਰੋਜ਼ਾ ਰੱਖਦੇ ਨੇ ਸਟਾਰਟਿੰਗ ਤੋਂ, ਕਿਉਂਕਿ ਹਰ ਬੰਦੇ ਨੂੰ ਕੋਈ ਥੋੜ੍ਹੀ ਬਹੁਤੀ ਖੁਸ਼ੀ ਹੁੰਦੀ ਹੈ, ਕੁਛ ਕਿਸੇ ਨੂੰ ਕੋ ਵੇਖ ਕੇ ਕਹਿੰਦਾ ਕਿ ਯਾਰ ਮੈਂ ਨਾ ਰੱਖਿਆ ਹੋਏਗਾ, ਮੇਰੇ ਨਾਲ ਕੋ ਕੰਮ ਕਰਨ ਵਾਲਾ ਵੇਖ ਕੇ ਉਹਨੇ ਰੱਖਿਆ ਹੋਏਗਾ ਅਤੇ ਉਹ ਕੀ ਸੋਚੇਗਾ। ਅਤੇ ਦੇਖਾ ਦੇਖੀ ਦੇ ਨਾਲ ਰੱਖੇ ਹੁੰਦੇ ਨੇ, ਲੇਕਿਨ ਜਦੋਂ ਤਕਰੀਬਨ ਅਸੀਂ ਮਿਡਲ 'ਚ ਚਲੇ ਜਾਂਦੇ ਹਾਂ ਨਾ ਰੋਜ਼ਿਆਂ ਦੇ, ਉਦੋਂ ਤਕਰੀਬਨ ਲੋਕ ਜਿਹੜਾ ਨਾ ਉਹ 50% 'ਤੇ ਆ ਜਾਂਦੇ ਨੇ ਕਿ ਰੋਜ਼ੇ ਰੱਖਣੇ ਛੱਡਣੇ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਵੀ ਅਕਸਰੀਅਤ ਦੇ ਵਿੱਚ ਬਾਹਰ ਵੇਖਿਆ ਕਿ ਸ਼ੈਤਾਨ ਨੇ ਅਤੇ ਅੱਲਾਹ ਤਾਲਾ ਨੇ ਰੋਜ਼ਿਆਂ ਦੇ ਵਿੱਚ ਬੰਦ ਕਰ ਦਿੱਤਾ ਉਹਨੂੰ, ਲੇਕਿਨ ਕੁਝ ਸ਼ੈਤਾਨ ਫਿਰ ਵੀ ਜਿਹੜਾ ਨਾ ਉਹ ਬਾਹਰ ਫਿਰ ਰਹੇ ਨੇ, ਰੋਜ਼ੇ ਨਹੀਂ ਰੱਖਦੇ। ਈਵਨ ਕਿ ਅੱਜ ਮੈਂ ਚਵਿੰਡੇ ਚਲਾ ਗਿਆ ਸਾਂ ਅਤੇ ਰਸਤੇ ਦੇ ਵਿੱਚ ਮੈਂ ਵੇਖਿਆ ਹੈ ਕੁਛ ਲੋਕਾਂ ਨੂੰ ਸਰੇਆਮ ਬਹਿ ਕੇ ਖਾਂਦੇ ਆ ਕਿ ਉਹਨਾਂ ਦੇ ਬਿਲਕੁਲ ਜ਼ਿਹਨ ਦੇ ਵਿੱਚ ਜਿਹੜਾ ਹੈ ਨਾ ਉਹ ਇਹ ਚੀਜ਼ ਤਾਂ ਹੈ ਹੀ ਨਹੀਂ ਕਿ ਯਾਰ ਰੋਜ਼ੇ ਵੀ ਸ਼ੁਰੂ ਹੋ ਗਏ ਨੇ, ਰੋਜ਼ੇ ਸਟਾਰਟ ਹੋ ਗਏ ਨੇ। ਮਾਸ਼ਾਅੱਲਾ ਜੀ 30+ ਜਿਹੜਾ ਨਾ ਉਹ 30+ ਏਜ ਹੋ ਗਈ ਹੈ, ਯਾਨੀ ਕਿ ਜਦੋਂ ਅਸੀਂ 15-18 ਸਾਲਾਂ ਦੇ ਜਾਂ 20 ਸਾਲਾਂ ਦੇ ਜਿਹੜਾ ਨਾ ਦਰਮਿਆਨ ਹੈ ਉਦੋਂ ਉਸ ਏਜ 'ਤੇ ਸਨ ਨਾ, ਅਤੇ ਯਕੀਨ ਕਰੋ ਕਿ ਰੋਜ਼ੇ ਆਉਂਦੇ ਸਨ ਅਤੇ ਡਰੀਦਾ ਹੁੰਦਾ ਸੀ ਕਿ ਯਾਰ ਰੋਜ਼ਾ ਨਾ ਰੱਖਾਂਗੇ ਔਰ ਬਾਹਰ ਕੋਈ ਚੀਜ਼ ਨਿਕਲ ਕੇ ਖਾਵਾਂਗੇ ਅਤੇ ਕੋਈ ਵੇਖੇਗਾ ਕੀ ਸੋਚੇਗਾ ਕਿੰਨਾ ਗੁਨਾਹ ਹੋਏਗਾ। ਲੇਕਿਨ ਹੁਣ ਯਾਰ ਯਕੀਨ ਕਰੋ ਕਿ ਉਹ ਦੌਰ ਆ ਗਿਆ ਕਿ ਕਿਸੇ ਦਾ ਤਾਂ ਸੋਚਣ ਕਿਤੇ ਰਹਿ ਗਿਆ, ਲੋਕ ਇਹ ਚੀਜ਼ ਤੱਕ ਨਹੀਂ ਸੋਚਦੇ ਕਿ ਯਾਰ ਅੱਲਾਹ ਤਾਲਾ ਨੇ ਸਾਡੇ ਲਈ ਐਡਾ ਬਾ ਬਰਕਤ ਔਰ ਰਹਿਮਤ ਵਾਲਾ ਮਹੀਨਾ ਲਿਆਂਦਾ, ਅਸੀਂ ਇੱਕ ਮਹੀਨਾ ਸਾਰਾ ਸਾਲ ਅਸੀਂ ਜਿਹੜਾ ਨਾ ਉਹ ਪੁੱਠੇ ਸਿੱਧੇ ਉਲਟੇ ਕੰਮ ਕਰਦੇ ਰਹਿੰਦੇ ਹਾਂ, ਲੇਕਿਨ ਇਹ ਇੱਕ ਮਹੀਨਾ ਜਿਹੜਾ ਨਾ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਸਬਰ ਨਹੀਂ ਕਰ ਸਕਦੇ ਔਰ ਰੋਜ਼ਾ ਨਹੀਂ ਰੱਖ ਸਕਦੇ। ਇਸੇ ਤਰ੍ਹਾਂ ਦੇ ਵੀ ਲੋਕ ਹੈ ਨੇ, ਅਤੇ ਮੇਰੀ ਤਾਂ ਦੁਆ ਹੈ ਅਪੀਲ ਹੈ ਕਿ ਅੱਲਾਹ ਤਾਲਾ ਸਭ ਨੂੰ ਹਿੰਮਤ ਤੰਦਰੁਸਤੀ ਅਤਾ ਫਰਮਾਏ ਔਰ ਉਹਨਾਂ ਲੋਕਾਂ ਨੂੰ ਵੀ ਤੌਫੀਕ ਅਤਾ ਫਰਮਾਏ ਜਿਹੜੇ ਲੋਕ ਜਿਹੜੇ ਨੇ ਉਹ ਇਸ ਨੇਕੀਆਂ ਤੋਂ ਹਾਲਾਂ ਤੱਕ ਮਹਿਰੂਮ ਨੇ। ਅਤੇ ਯਾਰ ਕੋਸ਼ਿਸ਼ ਕਰੋ ਕਿ ਆਪਣੇ ਇਰਦ ਗਿਰਦ ਜਿਹੜੇ ਵੀ ਕੋਈ ਗਰੀਬ ਕੋ ਮਸਕੀਨ ਲੋਕ ਨੇ ਜਿਹੜੇ ਵਿਚਾਰੇ ਰੋਜ਼ਾ ਰੱਖ ਨਹੀਂ ਸਕਦੇ ਜਾਂ ਰੱਖ ਕੇ ਇਫਤਾਰੀ ਨਹੀਂ ਕਰ ਸਕਦੇ, ਉਹਨਾਂ ਲੋਕਾਂ ਦਾ ਖਿਆਲ ਰੱਖਿਆ ਕਰੋ ਔਰ ਕੁਛ ਨਾ ਕੁਛ ਜਿਹੜਾ ਹੋਵੇ ਨਾ ਉਹ ਆਪਣੇ ਮਾਲ 'ਚੋਂ ਇਹਨਾਂ ਲੋਕਾਂ ਵਾਸਤੇ ਵੀ ਕੱਢਿਆ ਕਰੋ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਹਿੰਮਤ ਤੰਦਰੁਸਤੀ ਅਤਾ ਫਰਮਾਏ। ਇਹਦੇ ਨਾਲ ਹੀ ਮਾਜ ਚੌਧਰੀ ਨੂੰ ਦੋ ਇਜਾਜ਼ਤ, ਬਹੁਤ ਸਾਰੀ ਦੁਆਵਾਂ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਸਾਨੂੰ ਵੀ ਯਾਦ ਰੱਖਿਆ ਜੇ। ਅੱਲਾਹ ਹਾਫਿਜ਼।